ਤੇ ਸਜਿਆ ਸਜਾਇਆ ਲਾੜਾ BDPO ਦਫ਼ਤਰ ਦੇ ਵਿੱਚ ਨਾਮਜ਼ਦਗੀ ਪੱਤਰ ਭਰਨ ਦੇ ਲਈ ਪਹੁੰਚ ਗਿਆ। ਪੰਚਾਇਤੀ ਚੋਣਾਂ ਲਈ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਆਖਰੀ ਦਿਨ ਹੈ ਤੇ ਇੱਥੇ ਇੱਕ BDPO ਦਫ਼ਤਰ ਦੇ ਵਿੱਚ ਉਦੋਂ ਹਲਚਲ ਮੱਚ ਗਈ, ਸਾਰਿਆਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਜਦੋਂ ਇੱਕ ਸਜਿਆ ਸਜਾਇਆ ਲਾੜਾ BDPO ਦਫ਼ਤਰ ਦੇ ਵਿੱਚ ਨਾਮਜ਼ਦਗੀ ਪੱਤਰ ਭਰਨ ਦੇ ਲਈ ਪਹੁੰਚ ਗਿਆ। ਪੂਰੀ ਬਰਾਤ ਲੈ ਕੇ ਇਹ ਲਾੜਾ ਸਿਹਰਾ ਸਜਾ ਕੇ ਘੋੜੇ ਤੋਂ ਉਤਰ ਕੇ BDPO ਦਫ਼ਤਰ ਪਹੁੰਚਿਆ ਤੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। BDPO ਦਾ ਪੂਰਾ ਦਫ਼ਤਰ ਹੀ ਬਰਾਤੀਆਂ ਨਾਲ ਭਰ ਗਿਆ। ਤਸਵੀਰਾਂ ਸਾਹਮਣੇ ਆਈਆਂ ਨੇ ਲੰਬੀ ਦੇ ਪਿੰਡ ਲਾਲ ਬਾਈ ਤੋਂ, ਜਿੱਥੇ ਸਰਪੰਚ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਇਹ ਨੌਜਵਾਨ ਤੇਜਿੰਦਰ ਸਿੰਘ ਉਰਫ ਤੇਜੀ ਬਰਾਤ ਸਣੇ ਹੀ ਇੱਥੇ BDPO ਦਫ਼ਤਰ ਦੇ ਵਿੱਚ ਪਹੁੰਚ ਗਿਆ ਤੇ ਉਸਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਦੱਸ ਦਈਏ ਕਿ ਇਸ ਨੌਜਵਾਨ ਦਾ ਅੱਜ ਹੀ ਵਿਆਹ ਹੈ, ਪਰ ਅੱਜ ਨਾਮਜ਼ਦਗੀਆਂ ਭਰਨ ਦਾ ਵੀ ਆਖਰੀ ਦਿਨ ਹੈ ਤੇ ਸ਼ਾਇਦ ਇਹੀ ਮੌਕਾ ਇਹ ਗਵਾਉਣਾ ਨਹੀਂ ਚਾਹੁੰਦਾ ਸੀ ਕਿ ਆਪਣੇ ਇੱਕ ਖਾਸ ਦਿਨ ਵਿਆਹ ਵਾਲੇ ਦਿਨ ਤੇ ਵੀ ਇਹ ਲਾੜਾ ਦੇਖੋ ਸਿਰ ਤੇ ਲਾਲ ਰੰਗ ਦੀ ਪੱਗ ਸਜਾਈ ਹੈ, ਸਿਹਰਾ ਬੰਨਿਆ ਹੋਇਆ ਹੈ, ਘੋੜੀ ਲੈ ਕੇ ਬਰਾਤ ਲੈ ਕੇ ਸਿੱਧਾ BDPO ਦਫ਼ਤਰ ਪਹੁੰਚਿਆ ਹੈ। ਵਿਆਹ ਜਾਣ ਤੋਂ ਪਹਿਲਾਂ ਇਸ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਹੈ। ਹਰ ਕਿਸੇ ਦੀਆਂ ਨਜ਼ਰਾਂ ਦਫ਼ਤਰ ਦੇ ਅੰਦਰ ਬਾਜ਼ਾਰ ਦੇ ਵਿੱਚ ਇਸ ਲਾੜੇ ਤੇ ਟਿਕੀਆਂ ਹੋਈਆਂ ਸਨ, ਜੋ ਪੂਰੀ ਤਰ੍ਹਾਂ ਦੇ ਨਾਲ ਸਜਿਆ ਸਜਾਇਆ ਸਿਹਰਾ ਬੰਨੀ BDPO ਦਫ਼ਤਰ ਦੇ ਵਿੱਚ ਆਉਂਦਾ ਹੈ ਤੇ ਨਾਮਜ਼ਦਗੀ ਪੱਤਰ ਦਾਖਲ ਕਰਕੇ ਫਿਰ ਬਰਾਤ ਲੈ ਕੇ ਲਾੜੀ ਨੂੰ ਵਿਆਹ ਜਾਂਦਾ ਹੈ। ਇੱਕ ਸਜਿਆ ਸਜਾਇਆ ਲਾੜਾ BDPO ਦਫ਼ਤਰ ਦੇ ਵਿੱਚ ਨਾਮਜ਼ਦਗੀ ਪੱਤਰ ਭਰਨ ਦੇ ਲਈ ਪਹੁੰਚ ਗਿਆ। ਪੰਚਾਇਤੀ ਚੋਣਾਂ ਲਈ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਆਖਰੀ ਦਿਨ ਹੈ ਤੇ ਇੱਥੇ ਇੱਕ BDPO ਦਫ਼ਤਰ ਦੇ ਵਿੱਚ ਉਦੋਂ ਹਲਚਲ ਮੱਚ ਗਈ, ਸਾਰਿਆਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਜਦੋਂ ਇੱਕ ਸਜਿਆ ਸਜਾਇਆ ਲਾੜਾ BDPO ਦਫ਼ਤਰ ਦੇ ਵਿੱਚ ਨਾਮਜ਼ਦਗੀ ਪੱਤਰ ਭਰਨ ਦੇ ਲਈ ਪਹੁੰਚ ਗਿਆ। ਪੂਰੀ ਬਰਾਤ ਲੈ ਕੇ ਇਹ ਲਾੜਾ ਸਿਹਰਾ ਸਜਾ ਕੇ ਘੋੜੇ ਤੋਂ ਉਤਰ ਕੇ BDPO ਦਫ਼ਤਰ ਪਹੁੰਚਿਆ ਤੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। BDPO ਦਾ ਪੂਰਾ ਦਫ਼ਤਰ ਹੀ ਬਰਾਤੀਆਂ ਨਾਲ ਭਰ ਗਿਆ। ਤਸਵੀਰਾਂ ਸਾਹਮਣੇ ਆਈਆਂ ਨੇ ਲੰਬੀ ਦੇ ਪਿੰਡ ਲਾਲ ਬਾਈ ਤੋਂ, ਜਿੱਥੇ ਸਰਪੰਚ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਇਹ ਨੌਜਵਾਨ ਤੇਜਿੰਦਰ ਸਿੰਘ ਉਰਫ ਤੇਜੀ ਬਰਾਤ ਸਣੇ ਹੀ ਇੱਥੇ BDPO ਦਫ਼ਤਰ ਦੇ ਵਿੱਚ ਪਹੁੰਚ ਗਿਆ ਤੇ ਉਸਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਦੱਸ ਦਈਏ ਕਿ ਇਸ ਨੌਜਵਾਨ ਦਾ ਅੱਜ ਹੀ ਵਿਆਹ ਹੈ, ਪਰ ਅੱਜ ਨਾਮਜ਼ਦਗੀਆਂ ਭਰਨ ਦਾ ਵੀ ਆਖਰੀ ਦਿਨ ਹੈ ਤੇ ਸ਼ਾਇਦ ਇਹੀ ਮੌਕਾ ਇਹ ਗਵਾਉਣਾ ਨਹੀਂ ਚਾਹੁੰਦਾ ਸੀ ਕਿ ਆਪਣੇ ਇੱਕ ਖਾਸ ਦਿਨ ਵਿਆਹ ਵਾਲੇ ਦਿਨ ਤੇ ਵੀ ਇਹ ਲਾੜਾ ਦੇਖੋ ਸਿਰ ਤੇ ਲਾਲ ਰੰਗ ਦੀ ਪੱਗ ਸਜਾਈ ਹੈ, ਸਿਹਰਾ ਬੰਨਿਆ ਹੋਇਆ ਹੈ, ਘੋੜੀ ਲੈ ਕੇ ਬਰਾਤ ਲੈ ਕੇ ਸਿੱਧਾ BDPO ਦਫ਼ਤਰ ਪਹੁੰਚਿਆ ਹੈ। ਵਿਆਹ ਜਾਣ ਤੋਂ ਪਹਿਲਾਂ ਇਸ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਹੈ। ਹਰ ਕਿਸੇ ਦੀਆਂ ਨਜ਼ਰਾਂ ਦਫ਼ਤਰ ਦੇ ਅੰਦਰ ਬਾਜ਼ਾਰ ਦੇ ਵਿੱਚ ਇਸ ਲਾੜੇ ਤੇ ਟਿਕੀਆਂ ਹੋਈਆਂ ਸਨ, ਜੋ ਪੂਰੀ ਤਰ੍ਹਾਂ ਦੇ ਨਾਲ ਸਜਿਆ ਸਜਾਇਆ ਸਿਹਰਾ ਬੰਨੀ BDPO ਦਫ਼ਤਰ ਦੇ ਵਿੱਚ ਆਉਂਦਾ ਹੈ ਤੇ ਨਾਮਜ਼ਦਗੀ ਪੱਤਰ ਦਾਖਲ ਕਰਕੇ ਫਿਰ ਬਰਾਤ ਲੈ ਕੇ ਲਾੜੀ ਨੂੰ ਵਿਆਹ ਜਾਂਦਾ ਹੈ। ਕੋਈ ਇਹ ਇਨਸਾਨੀਅਤ ਨਾ ਹੈ, ਗੱਲ ਕਰੀਏ ਜੇ ਮੈਂ ਫਾਈਲ ਫੜਾਉਣ ਲੱਗਿਆ ਮਤਲਬ ਕਿ ਮੇਰੀ ਫਿਰ ਕਿਹੜਾ ਵਾਪਸ ਕਰਤੀ ਇਹਨਾਂ ਨੇ।